ਫਿਲਰ ਅੱਜ ਰੈਡੀ ਮਿਲਦਾ ਅਤੇ ਲੇਟ ਕਰ ਰਹੇ ਹਾਂ ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਸਕੇਲ 'ਤੇ ਕਿੱਦਾਂ ਚੜ੍ਹਨਾ ਹੈ ਅਤੇ ਟਰੱਕ ਦੇ ਐਕਸਲ ਕਿੱਦਾਂ ਸਕੇਲ ਕਰੀਦੇ ਆ। ਆਹ ਸਾਹਮਣੇ ਸਕੇਲ ਆ, ਮੇਕ ਸ਼ੋਰ ਕਰਨਾ ਹੈ ਕਿ ਟ੍ਰੇਲਰ ਦੋਨੋਂ ਸਾਈਡ ਦੇ ਮਿਰਰਸ 'ਚ ਇੱਕਦਮ ਸਟਰੇਟ ਉੱਤੇ ਚੜ੍ਹ ਰਿਹਾ ਹੋਵੇ। ਬਸ ਥੋੜ੍ਹੀ ਜਿਹੀ ਹਾਈਟ 'ਤੇ ਹੁੰਦਾ ਹੈ ਸਕੇਲ ਆਲਵੇਜ਼, ਅਤੇ ਆਪਾਂ ਐਕਸਲ ਬਾਏ ਐਕਸਲ ਸਕੇਲ ਕਰਨਾ ਹੈ। ਐਕਸਲ ਬਾਏ ਐਕਸਲ ਦਾ ਮਤਲਬ ਹੁੰਦਾ ਆ ਆਪਾਂ ਐਵਰੀ ਐਕਸਲ 'ਤੇ ਸਟੋਪ ਕਰਨਾ ਆ, ਇੱਕ ਵਾਰ 'ਚ ਇੱਕ ਹੀ ਐਕਸਲ ਵੇਇੰਗ ਮਸ਼ੀਨ 'ਤੇ ਚੜ੍ਹਾਉਣਾ, ਫਿਰ ਕੋਈ ਸੈਂਟਰ 'ਚ ਕਰਕੇ ਸਾਹਮਣੇ ਸਕੇਲ ਮਸ਼ੀਨ ਹੈ ਜਿਹੜੀ। ਐਕਸਲ ਆਪਾਂ ਕਰ ਲਿਆ ਸਕੇਲ, ਅਤੇ ਆਪਾਂ ਨੈਕਸਟ ਸੈਟ ਆਫ ਵੀਲਸ ਜਿਹੜੇ ਕਿ ਦੋ ਟਾਇਰ ਨੇ ਸਾਡੇ ਟਰੈਕਟਰ ਦੇ ਰੀਅਰ, ਉਹਨਾਂ ਨੂੰ ਸਕੇਲ ਦੇ ਉੱਤੇ ਚੜ੍ਹਾਉਣਾ ਹੈ ਅਤੇ ਮੇਕ ਸ਼ੋਰ ਇੱਕਦਮ ਸੈਂਟਰ 'ਚ ਹੋਣ। ਅਤੇ ਤੁਸੀਂ ਇੱਕ ਵਾਰੀ ਆਪਣੀ ਵਾਰੀ ਵੀ ਖੋਲ੍ਹ ਕੇ ਦੇਖ ਲਓ। ਅਤੇ ਬਿਲਕੁਲ ਸਟਿਲ ਹੋ ਜਾਏ, ਹੌਲੀ ਜਿਹੀ ਬ੍ਰੇਕ ਲਾਉਣੀ ਹੈ ਆਪਾਂ, ਜ਼ਿਆਦਾ ਤੇਜ਼ ਨਹੀਂ ਲਾਉਣੀ। ਅਤੇ ਇਹਦਾ ਵੇਟ ਆਇਆ ਵਾ 13,600, ਜੋ ਕਿ ਇੱਕਦਮ ਓਕੇ ਹੈ। ਆਪਣਾ ਟ੍ਰੇਲਰ ਦੇ ਟਾਇਰ ਚੜ੍ਹਾਉਣੇ ਆ ਉੱਤੇ, ਆਪਣਾ ਟਰੈਕਟਰ ਬਿਲਕੁਲ ਥੱਲੇ ਉਤਾਰ ਦਾਂਗੇ। ਫਿਫਥ ਵੀਲ ਦਾ ਵੇਟ ਲਿਆ ਸੀ ਹੁਣੇ ਆਪਾਂ ਇਸ ਤੋਂ ਪਹਿਲਾਂ, ਹੁਣ ਸਾਡੇ ਟਾਇਰਸ ਬਿਲਕੁਲ ਸੈਂਟਰ 'ਚ ਆ ਚੁੱਕੇ ਨੇ ਦੋਨੋਂ ਸੈਟ ਆਫ ਟਾਇਰਸ, ਅਤੇ ਵੇਟ ਓਕੇ ਹੈ ਇੱਕਦਮ, 15,740 ਆ ਰਿਹਾ। ਆਪਾਂ ਮੂਵ ਡਾਊਨ ਕਰ ਜਾਂਗੇ ਸਕੇਲ ਤੋਂ, ਅਤੇ ਜੇ ਕੋਈ ਸਕੇਲ ਤੋਂ ਬਾਅਦ ਕਿਸੇ ਐਕਸਲ 'ਤੇ ਵੇਟ ਵੱਧ ਘੱਟ ਹੁੰਦਾ ਆ ਫਿਰ ਅਸੀਂ ਚੈੱਕ ਕਰਨੇ ਆ ਆਪਣੇ ਟ੍ਰੇਲਰ ਦੇ ਐਕਸਲਸ ਮੂਵ ਕਰਾਂਗੇ। ਅਤੇ ਵੇਟ ਸਾਡਾ ਦਿਖਾ ਦੇਣਾ ਤੁਹਾਨੂੰ ਡਰਾਈਵ ਸਟੀਅਰ 'ਤੇ 4900, 13,600 ਡਰਾਈਵ 'ਤੇ, ਟ੍ਰੇਲਰ 'ਤੇ 15,720। ਗਰੋਸ ਵੇਟ ਸਾਡਾ ਇੱਕਦਮ ਓਕੇ ਆ 34,220। ਜਦੋਂ ਕਿਸੇ ਵੀ ਐਕਸਲ 'ਤੇ ਵੇਟ ਜਿਹੜੀ ਡਿਫਾਈਨਡ ਲਿਮਿਟਸ ਨੇ ਉਹਨਾਂ ਤੋਂ ਜ਼ਿਆਦਾ ਹੁੰਦਾ ਹੈ ਫਿਰ ਆਪਾਂ ਐਕਸਲਸ ਮੂਵ ਕਰੀਦੇ ਆ। ਐਕਸਲ ਮੂਵ ਕਰਨ 'ਤੇ ਆਪਾਂ ਇੱਕ ਡਿਫਰੈਂਟ ਵੀਡੀਓ ਬਣਾਵਾਂਗੇ। ਵੇਟ ਕਰਨ ਤੋਂ ਬਾਅਦ ਆਪਾਂ ਪੇਪਰ ਵਰਕ ਪਿੱਕ ਕਰਨਾ ਆ, ਰਾਈਟ ਸਾਈਡ 'ਤੇ ਸਿਕਿਉਰਿਟੀ ਗਾਰਡ ਰੂਮ ਹੈਗਾ ਆ, ਉੱਥੋਂ ਸਾਨੂੰ ਪੇਪਰ ਵਰਕ ਮਿਲੇਗਾ ਆਪਣਾ ਸਾਹਮਣੇ। ਹੁਣ ਸਾਨੂੰ ਕੈਮਰਾ ਔਫ ਕਰਨਾ ਪੈਣਾ, ਆਪਾਂ ਉੱਥੇ ਕੈਮਰਾ ਲੈ ਕੇ ਨਹੀਂ ਜਾ ਸਕਦੇ। ਵਿੰਟਰ 'ਚ ਟ੍ਰੇਲਰ ਦਾ ਲੈਂਡਿੰਗ ਗੇਅਰ ਸੁੱਟਣ ਲੱਗੇ ਕੀ ਇਸ਼ੂਜ਼ ਆਉਂਦੇ ਨੇ, ਆਹ ਦੇਖੋ ਟ੍ਰੇਲਰ ਡਿੱਗਣ ਵਾਲੇ ਹਾਲ 'ਚ ਆ, ਬਿਲਕੁਲ ਥੱਲੇ ਦੱਬਿਆ ਗਿਆ, ਟੇਢਾ ਹੋ ਗਿਆ।